2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਦਰਸ਼ ਚੋਣ ਜ਼ਾਬਤਾ ਲਾਗੂ ਕਰਨ ਲਈ ਪੁਲਿਸ ਫੋਰਸ ਵੱਲੋਂ ਕੀਤਾ ਗਿਆ ਫਲੈਗ ਮਾਰਚ। ਸਮਾਜ ਵਿਰੋਧੀ ਅਨਸਰਾਂ ਨੂੰ ਦਿੱਤੀ ਚੇਤਾਵਨੀ, ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ। ਪੰਜਾਬ ਹਰਿਆਣਾ ਸਰਹੱਦ ਤੇ ਲਗਾਏ ਜਾ ਰਹੇ ਨੇ ਇੰਟਰ ਸਟੇਟ ਨਾਕੇ। 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ। ਇਸ ਫਲੈਗ ਮਾਰਚ ਦੀ ਅਗਵਾਈ ਡਿਪਟੀ ਕਮਿਸ਼ਨਰ ਕੰਮ ਚੋਣ ਅਧਿਕਾਰੀ ਜਸਪ੍ਰੀਤ ਸਿੰਘ ਅਤੇ SSP ਬਠਿੰਡਾ ਦੀਪਕ ਪਾਰਿਕ ਵੱਲੋਂ ਕੀਤੀ ਗਈ। ਪੁਲਿਸ ਲਾਈਨ ਬਠਿੰਡਾ ਤੋਂ ਸ਼ੁਰੂ ਹੋਇਆ ਇਹ ਫਲੈਗ ਮਾਰਚ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚੋਂ ਦੀ ਗੁਜਰਦਾ ਹੋਇਆ। ਇਸ ਮੌਕੇ ਜ਼ਿਲ੍ਹਾ ਚੋਣ ਅਧਿਕਾਰੀ ਡਿਪਟੀ ਕਮਿਸ਼ਨਰ ਬਠਿੰਡਾ ਜਸਪ੍ਰੀਤ ਸਿੰਘ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਨੂੰ ਲੈ ਕੇ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਜੋ ਕੋਈ ਸਮਾਜ ਵਿਰੋਧੀ ਅਨਸਰ ਅਨਸੁਖਾਮੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਉਨ੍ਹਾਂ ਕਿਹਾ ਕਿ ਹਰਿਆਣਾ ਬਾਰਡਰ ਨਾਲ ਲੱਗਦੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਵੀ ਬੈਠਕਾਂ ਦਾ ਦੌਰ ਜਾਰੀ ਹੈ ਤਾਂ ਜੋ ਆਦਰਸ਼ ਚੋਣ ਜ਼ਾਬਤਾ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮੌਕੇ ਚੋਣ ਕਮਿਸ਼ਨ ਵੱਲੋਂ ਟੋਲ ਫ੍ਰੀ ਨੰਬਰ ਜਾਰੀ ਕੀਤਾ ਗਿਆ। ਜੇਕਰ ਕੋਈ ਵਿਅਕਤੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਤਾਂ ਉਸ ਤੇ ਸੂਚਿਤ ਕੀਤਾ ਜਾ ਸਕਦਾ ਹੈ ਅਤੇ ਕੁਝ ਘੰਟਿਆਂ ਬਾਅਦ ਹੀ ਚੋਣ ਕਮਿਸ਼ਨਰ ਵੱਲੋਂ ਉਸ ਸ਼ਿਕਾਇਤ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ, ਸੁਣੋ ਪੂਰੀ ਖਬਰ। ਕੰਫੀਡੈਂਸ ਬਿਲਡਿੰਗ ਮੈਜਰ ਦੇ ਤੌਰ ਦੇ ਉੱਤੇ ਫਲੈਗ ਮਾਰਚ ਕੱਢਿਆ ਜਾ ਰਿਹਾ, ਜਿਸ ਦੇ ਰਾਹੀਂ ਅਸੀਂ ਲੋਕਾਂ 'ਚ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਸੁਰੱਖਿਅਤ ਹੋ। ਕਿਸੇ ਵੀ ਤਰ੍ਹਾਂ ਦਾ ਕੋਈ ਦਬਾਅ ਤੁਹਾਡੇ ਉੱਤੇ ਜੇ ਬਣਦਾ ਹੈਗਾ ਤਾਂ ਕਾਈਂਡਲੀ ਸਾਨੂੰ ਸੰਪਰਕ ਕਰੋ ਅਤੇ ਵੋਟਿੰਗ ਜਿਹੜੀ ਹੈਗੀ ਉਹ ਆਪਣੇ ਬਿਨਾਂ ਕਿਸੇ ਦਬਾਅ ਤੋਂ, ਬਿਨਾਂ ਕਿਸੇ ਡਰ ਤੋਂ ਅਤੇ ਬਿਨਾਂ ਕਿਸੇ ਭੈਅ ਤੋਂ ਵੋਟਿੰਗ ਦਾ ਇੱਕ ਸੁਨੇਹਾ ਲੈ ਕੇ ਅਸੀਂ ਇਹ ਫਲੈਗ ਮਾਰਚ ਕੱਢ ਰਹੇ ਹਾਂ। ਅਤੇ ਇਸ ਤਰ੍ਹਾਂ ਦੇ ਨਾਲ ਅਸੀਂ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਵੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਤੁਹਾਡੇ ਉੱਤੇ ਸਾਡੀ ਬੜੀ ਪੈਣੀ ਅੱਖ ਹੈ। ਜੇ ਕੋਈ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਕਰਦਾ ਹੈ ਤਾਂ ਪੁਲਿਸ ਦੇ ਥਰੂ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊਗੀ। ਅਤੇ ਇਹ ਫਲੈਗ ਮਾਰਚ ਬਠਿੰਡਾ ਇੱਥੋਂ ਸ਼ਹਿਰ ਤੋਂ ਸ਼ੁਰੂ ਹੋ ਕੇ ਹਰ ਹਰ ਵੱਖ ਵੱਖ ਪਿੰਡਾਂ ਦੇ ਵਿੱਚ ਵੀ ਸਾਡੀ ਦਬਿਸ਼ ਜਿਹੜੀ ਉਹ ਪ੍ਰੋਪਰ ਬਣੀ ਰਹੂਗੀ। ਅਤੇ ਜਿੱਦਾਂ ਮੈਂ ਅਤੇ SSP ਸਾਹਿਬ ਬਠਿੰਡਾ ਸ਼ਹਿਰ ਦੇ ਵਿੱਚ ਇਹ ਫਲੈਗ ਮਾਰਚ ਕਰ ਰਹੇ ਹਾਂ, ਇਸ ਤਰ੍ਹਾਂ ਰਿਸਪੈਕਟਿਵ SDM ਜਿਹੜੇ ਨੇ ਉਹ ਆਪਣੀਆਂ ਤਹਿਸੀਲਾਂ ਤਹਿਸੀਲ ਪੱਧਰ ਦੇ ਉੱਤੇ ਵੀ ਜਾ ਕੇ ਇਹ ਫਲੈਗ ਮਾਰਚ ਆਪਦਾ ਕੈਰੀ ਆਨ ਕਰਨ। ਸਰ ਬਾਰਡਰ ਏਰੀਆ ਇਹਨੂੰ ਆਪਾਂ ਕਿਸ ਤਰ੍ਹਾਂ ਕੰਟਰੋਲ ਕਰਾਂਗੇ ਕਿਉਂਕਿ ਨਾਲ ਇੰਟਰਸਟੇਟ ਨਾਲ ਆ ਗਿਆ ਹਰਿਆਣਾ ਰਾਜਸਥਾਨ ਆ ਗਿਆ? ਬਿਲਕੁਲ ਜੀ, ਤੁਹਾਡਾ ਬੜਾ ਵੈਲਿਡ ਪੁਆਇੰਟ ਹੈ। ਬਾਰਡਰ ਡਿਸਟ੍ਰਿਕਟ ਹੋਣ ਦੇ ਬਤੌਰ ਅਸੀਂ ਜਿਹੜਾ ਬਾਰਡਰ ਤੋਂ ਪਾਰ ਸਾਡੇ ਕੋਲ ਸਿਰਸਾ ਦਾ ਜਿੱਦਾਂ ਬਾਰਡਰ ਲੱਗਦਾ ਹੈ, ਸੋ SSP ਸਿਰਸਾ, DC ਸਿਰਸਾ ਉਹਨਾਂ ਨਾਲ ਵੀ ਕੱਲ੍ਹ ਸਾਡੀ ਇੱਕ ਮੀਟਿੰਗ ਹੋਈ ਸੀ ਅਤੇ ਉਹਨਾਂ ਦੇ ਸੰਗਿਆਨ 'ਚ ਵੀ ਬੜੇ ਸਾਰੇ ਤੱਤ ਜਿਹੜੇ ਨੇ ਅਸੀਂ ਲੈ ਕੇ ਆਏ ਹਾਂ ਤਾਂ ਕਿ ਸਾਡੀ ਇੱਕ ਕੋਆਰਡੀਨੇਸ਼ਨ ਬਣੀ ਰਹੇ। ਉਸ ਤੋਂ ਇਲਾਵਾ ਇੰਟਰਸਟੇਟ ਨਾਕਾਜ਼ ਜਿਹੜੇ ਸਾਡੇ ਨੇ ਉਹ ਐਕਟੀਵੇਟ ਰਹਿਣਗੇ। ਤਕਰੀਬਨ ਜਿੰਨੇ ਵੀ ਸਾਡੇ ਨਾਕਾ ਪੁਆਇੰਟ ਨੇ ਉੱਥੇ CCTV ਦੀ ਕਵਰੇਜ ਰਹੂਗੀ ਅਤੇ ਫਲਾਇੰਗ ਸਕੁਐਡ ਵਗੈਰਾ ਐਕਟੀਵੇਟਿਡ ਰਹਿਣਗੀਆਂ ਅਤੇ ਪੂਰਾ ਜਿੰਨਾ ਵੀ ਸਾਡਾ ਪਾਰਲੀਮੈਂਟਰੀ ਹਲਕਾ ਹੈ ਉਹਦੀ ਹਰ ਇੱਕ ਗਤੀਵਿਧੀ ਦੇ ਉੱਤੇ ਸਾਡੀ ਬੜੀ ਪੈਣੀ ਨਜ਼ਰ। ਚੋਣ ਜ਼ਾਬਤਾ ਜਿਹੜਾ ਹੈਗਾ ਲੱਗਿਆ ਹੈ ਜੀ, ਜੇਕਰ ਕੋਈ ਉਲੰਘਣਾ ਕਰਦਾ ਤੁਹਾਡਾ ਸੰਪਰਕ ਕਿਸ ਤਰ੍ਹਾਂ ਕੀਤਾ ਜਾ ਸਕਦਾ? ਚੋਣ ਜ਼ਾਬਤਾ ਦੇਖੋ ਜੀ, ਸਭ ਤੋਂ ਪਹਿਲਾਂ ਜਿਹੜਾ ਕਮਿਸ਼ਨ ਨੇ ਇੱਕ ਵੋਟਰ ਹੈਲਪਲਾਈਨ ਅਸਟੈਬਲਿਸ਼ ਕੀਤੀ ਹੋਈ ਹੈ। ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸਾਂਗਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਦੇਣੀ ਹੋਵੇ ਜਾਂ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੋਵੇ, 1950 ਉਹਦਾ ਨੰਬਰ ਹੈ, ਟੋਲ ਫ੍ਰੀ ਨੰਬਰ ਹੈ। ਸਭ ਤੋਂ ਈਜ਼ੀ ਤਰੀਕਾ ਹੈਗਾ ਕਿ 1950 ਦੇ ਉੱਤੇ ਤੁਸੀਂ ਕੋਈ ਆਪਦੇ ਬੂਥ ਦੇ ਰਿਲੇਟਡ ਕੋਈ ਜਾਣਕਾਰੀ ਲੈਣੀ ਹੈ, ਤੁਹਾਡੀ ਵੋਟ ਕਿੱਥੇ ਲੱਗੀ ਹੋਈ ਹੈ, ਜਾਂ ਉਸ ਤੋਂ ਇਲਾਵਾ ਜੇ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਕੋਈ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਿਹਾ। ਸੀ ਵਿਜਿਲ ਐਪ ਇੱਕ ECI ਵੱਲੋਂ ਡਿਵੈਲਪ ਕੀਤੀ ਹੋਈ ਹੈ, ਐਂਡਰਾਇਡ ਦੇ ਉੱਤੇ ਅਤੇ ਆਈਫੋਨ ਦੇ ਉੱਤੇ ਅਵੇਲੇਬਲ ਹੈ, ਉਹਨੂੰ ਡਾਊਨਲੋਡ ਕਰੋ।
ਜਿੱਥੇ ਤੁਸੀਂ ਕੋਈ ਉਲੰਘਣਾ ਦੇਖਦੇ ਹੋ ਉੱਥੇ ਤੁਸੀਂ ਉਹਦੀ ਵੀਡੀਓ ਜਾਂ ਫੋਟੋਗ੍ਰਾਫ ਅਪਲੋਡ ਕਰੋ, 100 ਮਿੰਟ ਦੇ ਉੱਤੇ ਉੱਤੇ ਕਾਰਵਾਈ ਹੁੰਦੀ ਹੈ। ਥੈਂਕ ਯੂ। ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਹਾਡਾ ਰੂਟ ਪਲਾਨ ਹੈ, ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ? ਸਾਡੇ ਮਾਨਯੋਗ ਚੋਣ ਕਮਿਸ਼ਨ, ਮਾਨਯੋਗ DGP ਸਾਹਿਬ ਦੀ ਰਹਿਨੁਮਾਈ ਹੇਠ, ਉਹਨਾਂ ਦੇ ਨਿਰਦੇਸ਼ਾਂ ਹੇਠ ਅਸੀਂ ਅੱਜ ਬਠਿੰਡਾ ਸ਼ਹਿਰ ਦੇ ਵਿੱਚ ਇਹ ਫਲੈਗ ਮਾਰਚ ਸ਼ੁਰੂ ਕਰ ਰਹੇ ਹਾਂ। ਸਾਡੇ ਨਾਲ DC ਸਾਹਿਬ, ਸਿਵਲ ਪ੍ਰਸ਼ਾਸਨ ਦੇ ਬਾਕੀ ਅਫਸਰ ਅਤੇ ਪੁਲਿਸ ਦੇ ਅਧਿਕਾਰੀ, SHOs, DSPs, PCR ਮੁਲਾਜ਼ਮ ਅਤੇ ਪੈਰਾਮਿਲਟਰੀ ਫੋਰਸਿਸ, ਸਾਡੀ CAPF ਦੇ ਵੀ ਪਰਸਨਲ ਜਿਹੜੇ ਹੈਗੇ ਉਹ ਵੀ ਸਾਡੇ ਨਾਲ ਹੈਗੇ। ਇਹਦੇ ਵਿੱਚ ਸਾਡਾ ਅੱਜ ਮਕਸਦ ਹੈ ਕਿ ਲੋਕਾਂ ਦੇ ਵਿੱਚ ਸੁਨੇਹਾ ਦਿੱਤਾ ਜਾਵੇ ਕਿ ਅਸੀਂ ਨਿਰਪੱਖ ਚੋਣ ਕਰਾਵਾਂਗੇ, ਲਾਅ ਐਂਡ ਆਰਡਰ ਦੀ ਪਾਲਣਾ ਕਰਾਂਗੇ, ਰੂਲ ਆਫ ਲਾਅ ਨੂੰ ਅਪਹੋਲਡ ਕਰਾਂਗੇ। ਬਾਰਡਰ ਦੇ ਉੱਤੇ ਸਾਡੇ 9 ਪਰਮਾਨੈਂਟ ਨਾਕੇ ਇਸ ਵੇਲੇ ਚੱਲ ਰਹੇ ਹਾਂ ਅਤੇ ਅੱਗੇ ਇਹਨਾਂ ਨਾਕਿਆਂ ਦੀ ਸੰਖਿਆ ਹੋਰ ਵਧਾਈ ਜਾਏਗੀ। ਇਹ ਹਾਈਟੈਕ ਨਾਕੇ ਨੇ, ਸਾਰਿਆਂ 'ਤੇ ਕੈਮਰਾਜ਼ ਐਕਟਿਵ ਹੈਗੇ ਹੈ। ਜਿਹੜੇ ਸਾਡੇ ਬਦਮਾਸ਼ ਟਾਈਪ ਦੇ ਐਲੀਮੈਂਟ ਹੈਗੇ ਉਹਨਾਂ ਦੀ ਜਾਣਕਾਰੀ ਅਸੀਂ ਆਪਣੇ ਬੋਰਡਿੰਗ ਰਾਜ ਦੇ ਬੋਰਡਿੰਗ ਜ਼ਿਲ੍ਹਿਆਂ ਦੇ ਨਾਲ ਸ਼ੇਅਰ ਕੀਤੀ ਹੈ ਅਤੇ ਉਹਨਾਂ ਦੀ ਜਾਣਕਾਰੀ ਅਸੀਂ ਲੈ ਲਈ ਹੈ। POs ਦੇ ਖਿਲਾਫ ਲਗਾਤਾਰ ਕਾਰਵਾਈ ਚੱਲ ਰਹੀ ਹੈ, ਡੇਲੀ 4 ਤੋਂ 5 PO ਫੜੇ ਜਾ ਰਹੇ ਨੇ, ਨੋਨ ਅਵੇਲੇਬਲ ਵਾਰੰਟ ਸਾਰੇ ਐਗਜੀਕਿਊਟ ਕੀਤੇ ਜਾ ਰਹੇ ਨੇ। ਬਠਿੰਡਾ ਜ਼ਿਲ੍ਹੇ ਦਾ ਇਸ ਸਮੇਂ ਜਿਹੜਾ ਅਸਲਾ ਹੈ ਉਹ ਮੇਰੇ ਖਿਆਲ ਪੰਜਾਬ ਤੋਂ ਨੰਬਰ 1 'ਤੇ ਜਮ੍ਹਾਂ ਕਰਾਉਣ ਦੇ ਵਿੱਚ ਸਾਡਾ ਨੰਬਰ ਚੱਲਦਾ ਹੈ ਅਤੇ ਮੋਰ ਦੈਨ 65% ਦੇ ਅਰਾਊਂਡ ਅਸੀਂ ਇਸਦਾ ਜਮ੍ਹਾਂ ਕਰਾ ਚੁੱਕੇ ਹਾਂ ਅਤੇ ਮੈਨੂੰ ਮੇਰੀ ਅਪੀਲ ਹੈ ਕਿ ਜਿੰਨਾ ਦਾ ਅਸਲਾ ਰਹਿੰਦਾ ਉਹ ਵੀ ਟਾਈਮ ਸਿਰ ਜਮ੍ਹਾਂ ਕਰਾੜ ਦੇਣ। ਫੌਜ ਜੀ ਸਾਡੇ ਕੋਲ ਆਪਣੀ ਆਪ ਵੀ ਰਿਜ਼ਰਵਾਂ ਬਣਾਈਆਂ ਨੇ ਅਤੇ ਬਾਹਰੋਂ ਵੀ ਫੋਰਸ ਆ ਰਹੀ ਹੈ। ਹਲੇ ਫੋਰਸ ਦਾ ਮੂਵਮੈਂਟ ਚੱਲ ਰਿਹਾ, ਹੌਲੀ ਹੌਲੀ ਜਿੱਦਾਂ ਚੋਣ ਪਾਸ ਆਉਣਗੇ ਫੋਰਸ ਆਉਂਦੀ ਰਹੇਗੀ। ਨਾਈਟ ਪੈਟਰੋਲਿੰਗ ਪੂਰੀ ਮੁਸਤੈਦੀ ਨਾਲ ਚੱਲ ਰਹੀ ਹੈ, ਅਸੀਂ ਆਪ ਵੀ ਚੈਕਿੰਗ ਕਰਦੇ ਹਾਂ। ਪਰਸੋਂ ਰਾਤ ਨੂੰ ਮੈਂ 1-2 ਵਜੇ ਤੱਕ ਨਾਕੇ ਚੈੱਕ ਕੀਤੇ ਹੈ ਅਤੇ ਅੱਗੇ ਵੀ ਅਸੀਂ ਜੁਆਇੰਟਲੀ ਵੀ ਚੈੱਕ ਕਰਦੇ ਰਹਾਂਗੇ। ਸਾਡਾ ਪਲਾਨ ਹੈਗਾ, ਸਾਡੇ ਆਫਿਸਰ ਨਾਈਟ ਚੈਕਿੰਗ ਬਦਸਤੂਰ ਜਾਰੀ ਕਰਨਗੇ। ਸਰ ਬਾਕੀ ਦੇ ਆਸ ਪਾਸ ਦੇ ਜ਼ਿਲ੍ਹਿਆਂ ਤੋਂ ਲੀਕਰ ਮਾਫੀਆ ਜਿਹੜਾ ਖਾਸ ਕਰਕੇ ਇਲੈਕਸ਼ਨ ਦੇ ਵਿੱਚ ਜਿਹੜਾ ਸਰਗਰਮ ਹੋ ਜਾਂਦਾ, ਇਹਨੂੰ ਅਸੀਂ ਕਿਵੇਂ ਰੋਕਾਂਗੇ? ਕਿਉਂਕਿ ਸਰ ਭਾਵਾਂ ਬਾਰਡਰ ਦੇ ਉੱਤੇ ਨਾਕੇ ਵੱਡੇ ਲੱਗੇ ਹੋਏ ਨੇ, ਲੇਕਿਨ ਉਹ ਪੁਰਾਣੇ ਸਮੇਂ ਤੋਂ ਲੱਗੇ ਹੋਏ ਨੇ, ਲੇਕਿਨ ਹੋਰ ਬਹੁਤ ਸਾਰੇ ਰਸਤੇ ਨੇ ਜਿੱਥੋਂ ਦੀ ਜਿਹੜੀ ਆ ਸ਼ਰਾਬ ਮਾਫੀਆ ਖਾਸ ਕਰਕੇ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜਾ ਸਰਗਰਮ ਰਹਿੰਦਾ। ਨਹੀਂ, ਤੁਹਾਡਾ ਇਹ ਬੜਾ ਵੈਲਿਡ ਪੁਆਇੰਟ ਹੈ ਅਤੇ ਇਹਨੂੰ ਲੈ ਕੇ ਅਸੀਂ ਵੀ ਕਾਫੀ ਸੁਚੇਤ ਹੈਗੇ ਹਾਂ। ਸਾਨੂੰ ਚੋਣ ਕਮਿਸ਼ਨ ਤੋਂ ਅਤੇ DG ਆਫਿਸ ਤੋਂ ਵੀ ਹਦਾਇਤਾਂ ਮਿਲੀਆਂ ਨੇ, ਅਸੀਂ ਆਪਣਾ ਇੰਟੈਲੀਜੈਂਟ ਨੈਟਵਰਕ ਵੀ ਐਕਟੀਵੇਟ ਕਰ ਰਹੇ ਹਾਂ ਬਾਕੀ ਲੋਕਾਂ ਦੇ ਮਾਧਿਅਮ, ਜਿੱਦਾਂ ਤੁਹਾਡੇ ਮਾਧਿਅਮ ਨਾਲ ਹੋਰ ਕੋਈ ਪਬਲਿਕ ਇਨਫੋਰਮੇਸ਼ਨ ਮਿਲਦੀ ਹੈ ਅਤੇ ਪੁਰਾਣੇ ਜਿਹੜੇ ਹਿਸਟਰੀ ਸ਼ੀਟਰਸ ਹੈਗੇ, ਬੈਡ ਐਲੀਮੈਂਟ ਜਿਨ੍ਹਾਂ ਦੀ ਹਿਸਟਰੀ ਹੈਗੀ ਐਕਸਾਈਜ਼ ਓਫੈਂਸਿਸ ਦੀ, ਉਹਨਾਂ 'ਤੇ ਵੀ ਅਸੀਂ ਨਿਗਾਹ ਰੱਖ ਕੇ ਕਾਰਵਾਈ ਕਰਾਂਗੇ। ਬਠਿੰਡਾ ਤੋਂ ਹਰਮਿੰਦਰ ਸਿੰਘ, ਅਵਿਨਾਸ਼ ਦੀ ਰਿਪੋਰਟ।